ਬਠਿੰਡਾ ਦੇ ਸਦਰ ਥਾਣੇ ਦੇ ਬਾਹਰ ਦਰਜਨਾਂ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪ੍ਰਧਾਨ ਨੂੰ ਹੜਤਾਲ 'ਚ ਸ਼ਾਮਿਲ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿੱਤਾ ਗਿਆ ਸੀ, ਕਿਉਂਕਿ ਕਿਸਾਨਾਂ ਦੇ ਵੱਲੋਂ ਸਬਜ਼ੀਆਂ ਅਤੇ ਫਸਲਾਂ ਦੇ ਸਹੀ ਭਾਅ ਨਾ ਮਿਲਣ ਦੇ ਰੋਸ ਦੇ ਚੱਲਦੇ 1 ਜੂਨ ਤੋਂ 10 ਜੂਨ ਤੱਕ ਹੜਤਾਲ ਕੀਤੀ ਗਈ ਹੈ। ਬਠਿੰਡਾ 'ਚ ਭਾਰਤੀ ਕਿਸਾਨ ਯੂਨੀਅਨ ਸਿੱਧੀਪੁਰ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ। ਉੱਥੇ ਕਿਸਾਨ ਆਪਣੇ ਪ੍ਰਧਾਨ ਦੀ ਗ੍ਰਿਫਤਾਰੀ ਤੋਂ ਬਾਅਦ ਸਾਰੇ ਬਠਿੰਡਾ ਸਦਰ ਥਾਣੇ ਦੇ ਬਾਹਰ ਧਰਨਾ ਦੇ ਰਹੇ ਨੇ। ਸਾਡੀ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਦੀ ਖਾਤਰ ਫਸਲਾਂ ਦੇ ਸਹੀ ਭਾਅ ਨਹੀਂ ਮਿਲਦੇ, ਨਿੱਤ ਦੇ 5-5, 6-6 ਕਿਸਾਨ ਖੁਦਕਸ਼ੀਆਂ ਕਰੀ ਜਾਂਦੇ ਆ। ਜੇਕਰ ਇਸ ਕਰਕੇ ਅਸੀਂ ਦੁੱਧ ਵਾਲੇ ਵੀਰਾਂ ਨੂੰ ਰੋਕਦੇ ਸੀ, ਇੱਥੋਂ ਦਾ ਜਿਹੜਾ ਧੱਕੜ ਥਾਣੇਦਾਰ ਹੈ ਇਹਨੇ ਸਾਡੇ ਬੰਦੇ 'ਤੇ ਡਾਂਗ ਵੀ ਮਾਰੀ ਹੈ ਸਿਰ ਦੇ ਵਿੱਚ, ਸਾਡੇ ਸਨੇ ਜ਼ਿਲ੍ਹਾ ਪ੍ਰਧਾਨ ਨੂੰ ਚੱਕ ਕੇ ਅੰਦਰ ਕੀਤਾ ਹੈ। ਅਸੀਂ ਜਿੰਨਾ ਚਿਰ ਇਹਨਾਂ ਨੂੰ ਸਾਡੇ ਬੰਦਿਆਂ ਨੂੰ ਰਿਹਾਅ ਨਹੀਂ ਕਰਾਵਾਂਗੇ, ਫੌਜਾਂ ਸਾਡੀਆਂ ਸਾਰੇ ਪੰਜਾਬ ਦੀਆਂ ਇੱਥੇ ਆ ਰਹੀਆਂ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।